ਗੁੱਡ ਮਾਰਨਿੰਗ ਐਵਰੀਵਨ। ਸਵੇਰ ਦੇ ਵੱਜ ਗਏ ਆ 5:30 ਔਰ ਸ਼ੁਰੂ ਹੋ ਗਿਆ ਹੈ ਸਾਡਾ ਮਾਰਨਿੰਗ ਰੂਟੀਨ। ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿੱਡਾ ਸੋਹਣਾ ਮੌਸਮ ਹੈ ਗਾਈਸ। ਅਸਮਾਨ ਦੇ ਵਿੱਚ 1-2 ਤਾਰੇ ਨਜ਼ਰ ਆ ਰਹੇ ਆ ਔਰ ਬਹੁਤ ਹੀ ਵਧੀਆ ਗੁਰਬਾਣੀ ਜਿਹੜੀ ਆ ਨਾ, ਚਾਰੇ ਪਾਸੇ ਸਿਰਫ ਗੁਰਬਾਣੀ ਦੀ ਆਵਾਜ਼ ਆਉਣ ਡਈ ਹੁੰਦੀ ਹੈ। ਇੱਥੇ ਹੋ ਗਿਆ ਹੈ ਸਾਡਾ ਬ੍ਰੇਕਫਾਸਟ ਟਾਈਮ ਔਰ ਮਾਰਨਿੰਗ ਚੋਰਸ ਕਿਚਨ ਦੇ ਵਿੱਚ ਕਰਨੇ ਸਟਾਰਟ ਕਰ ਦਿੱਤੇ ਆ ਅਸੀਂ। ਔਰ ਅੱਜ ਅਸੀਂ ਬਣਾ ਲਏ ਆ ਵਾਈਟ ਚਨੇ ਔਰ ਨਾਲ ਬਣਾ ਰਹੇ ਹਾਂ ਪੂੜੀਆਂ। ਔਰ ਪੂੜੀਆਂ ਕਨਵੀਨੀਅੰਟਲੀ ਬਣ ਜਾਂਦੀਆਂ ਹੈ ਕਿਉਂਕਿ ਇਹ ਘੱਟ ਟਾਈਮ ਕੰਜ਼ਿਊਮ ਕਰਦੀ ਆ। ਸੋ ਗਾਈਜ਼, ਔਫਿਸ ਤੋਂ ਜਿਸ ਤਰ੍ਹਾਂ ਹੀ ਥੋੜ੍ਹਾ ਜਿਹਾ ਫ੍ਰੀ ਟਾਈਮ ਮਿਲਿਆ ਹੈ, ਮੈਂ ਔਰ ਰੋਬਲਿਨ ਮੈਮ ਜਾ ਰਹੇ ਹਾਂ ਗੁਰਦੁਆਰਾ ਸਾਹਿਬ, ਜੋ ਕਿ ਥੋੜ੍ਹੀ ਜਿਹੀ ਵਾਕਿੰਗ ਡਿਸਟੈਂਸ 'ਤੇ ਹੀ ਹੈ। ਔਰ ਅੱਜ ਸੰਗਰਾਂਦ ਵਾਲਾ ਦਿਨ ਆ, ਸੋ ਓਬੀਅਸਲੀ ਮੈਂ ਗੁਰਦੁਆਰਾ ਸਾਹਿਬ ਜਾਂਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਸੋ ਥੋੜ੍ਹਾ ਹੀ ਟਾਈਮ ਲੱਗਦਾ ਹੈ ਸਾਨੂੰ, ਅਪਰੋਕਸੀਮੇਟਲੀ 5 ਮਿੰਟ ਲੱਗਦੇ ਆ ਗੁਰਦੁਆਰਾ ਸਾਹਿਬ ਪਹੁੰਚਣ ਲਈ। ਸੋ ਅਸੀਂ ਜਾ ਰਹੇ ਹਾਂ ਉੱਥੇ ਪੈਦਲ ਹੀ ਤੁਰ ਕੇ। ਬਹੁਤ ਹੀ ਵਧੀਆ ਲੱਗਦਾ ਜਦੋਂ ਅਸੀਂ ਸਾਰੀ ਸੰਗਤ ਦੇ ਦਰਸ਼ਨ ਕਰਦੇ ਹਾਂ, ਨਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ। ਸੋ ਸੋ ਗਾਈਜ਼, ਈਵਨਿੰਗ ਦੇ ਵਿੱਚ ਮੈਂ ਜਿਹੜੀ ਵੈਜੀਟੇਬਲ ਡਿਸ਼ ਪ੍ਰਿਪੇਅਰ ਕਰਨੀ ਸੀ, ਮੈਨੂੰ ਕੁਛ ਨਹੀਂ ਮਿਲਿਆ। ਬਸ ਛੋਟੇ ਛੋਟੇ 5 ਪੀਸ ਆਲੂ ਦੇ ਸੀ, ਉਹਨਾਂ ਨੂੰ ਮੈਂ ਬੋਇਲ ਕਰਨੇ ਰੱਖ ਦਿੱਤੇ ਔਰ ਮੈਂ ਨਾਲ ਦੇ ਨਾਲ ਆਪਣੀ ਚਾਹ ਬਣਾ ਲੂੰਗੀ। ਸੋ ਇੱਥੇ ਸਾਡੇ ਸਾਰੇ ਜੋ ਈਵਨਿੰਗ ਰੂਟੀਨ ਹੈ ਕਿਚਨ ਦਾ, ਉਹ ਮੈਂ ਕੰਪਲੀਟ ਕਰ ਰਹੀ ਹਾਂ। ਕੁਛ ਹੀ ਮਿੰਟਾਂ ਦੇ ਵਿੱਚ ਮੈਂ ਆਪਣੇ ਆਲੂ ਜਿਹੜੇ ਆ ਉਹ ਉਬਾਲ ਕੇ ਰੱਖ ਲਏ ਆ, ਨਾਲ ਦੇ ਨਾਲ ਮੈਂ ਆਪਣੀ ਚਾਹ ਜਿਹੜੀ ਆ ਉਹ ਫਿਨਿਸ਼ ਕੀਤੀ। ਚਾਹ ਪੀਣ ਤੋਂ ਬਾਅਦ ਗਾਈਜ਼, ਮੈਂ ਇੱਥੇ ਪ੍ਰਿਪੇਅਰ ਕਰ ਲਏ ਆ ਜਿਹੜੇ ਪਿਆਜ਼ ਔਰ ਲਹਿਸੁਨ ਆ। ਓਬੀਅਸਲੀ ਹਰ ਇੱਕ ਵੈਜੀਟੇਬਲ ਡਿਸ਼ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇੱਥੇ ਮੈਂ ਲਹਿਸਨ ਪਿਆਜ਼ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਟਮਾਟਰ ਜਿਹੜਾ ਹੈ ਉਹ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਕੱਟ ਕੇ ਰੱਖ ਲਿਆ ਹੈ ਔਰ ਆਲੂ ਜਿਹੜੇ ਉਹ ਬੋਇਲ ਹੋ ਚੁੱਕੇ ਆ। ਸੋ ਮੈਂ ਇਹ ਤਿਆਰ ਕਰ ਰਹੀ ਹਾਂ ਆਪਣਾ ਸ਼ਾਮ ਦਾ ਜਿਹੜਾ ਡਿਨਰ ਦੇ ਵਿੱਚ ਮੈਂ ਕੋਈ ਵੈਜੀਟੇਬਲ ਡਿਸ਼ ਪ੍ਰਿਪੇਅਰ ਕਰਨੀ ਆ ਉਹਦੀ ਤਿਆਰੀ। ਸੋ ਗਾਈਜ਼, ਇੱਥੇ ਵੈਰੀ ਫਸਟ ਆਪਾਂ ਕੜਾਹੀ ਦੇ ਵਿੱਚ ਹਲਕਾ ਜਿਹਾ ਆਇਲ ਔਰ ਆਇਲ ਦੇ ਵਿੱਚ ਪਾਵਾਂਗੇ ਜੀਰਾ ਔਰ ਥੋੜ੍ਹੀ ਜਿਹੀ ਸੌਂਫ ਔਰ ਥੋੜ੍ਹੀ ਜਿਹੀ ਅਜਵਾਇਨ। ਇਹ ਤਿੰਨੇ ਚੀਜ਼ਾਂ ਜਿਹੜੀਆਂ ਪ੍ਰੋਪਰਲੀ ਤੇਲ ਦੇ ਵਿੱਚ ਭੁੱਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਗ੍ਰਾਈਂਡ ਕੀਤਾ ਹੋਇਆ ਪਿਆਜ਼ ਅਤੇ ਲਹਿਸਨ। ਪ੍ਰੋਪਰਲੀ ਇਸ ਤੜਕੇ ਨੂੰ ਆਪਾਂ ਐਡ ਕਰਕੇ ਔਰ ਥੋੜ੍ਹੇ ਦੇਰ ਤੱਕ ਮੀਡੀਅਮ ਟੂ ਸੋਰੀ ਸਲੋ ਟੂ ਮੀਡੀਅਮ ਫਲੇਮ 'ਤੇ ਇਸ ਤੜਕੇ ਨੂੰ ਆਪਾਂ ਭੁੰਨਾਂਗੇ ਤਾਂ ਕਿ ਵਧੀਆ ਤਰੀਕੇ ਨਾਲ ਇਹ ਤੜਕਾ ਜਿਹੜਾ ਉਹ ਭੁੱਜ ਜੇ ਔਰ ਆਇਲ ਦੇ ਵਿੱਚ ਮਿਕਸ ਹੋ ਜੇ।
ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਜਿਹੜਾ ਸਵਾਦ ਆ ਉਹ ਇੱਕ ਦੂਸਰੇ ਦੇ ਵਿੱਚ ਰਲ ਜੇ ਔਰ ਸਬਜ਼ੀ ਬਹੁਤ ਵਧੀਆ ਤਰੀਕੇ ਨਾਲ ਟੇਸਟੀ ਬਣ ਜੇ। ਸੋ ਗਾਈਜ਼, ਇਸ 'ਤੇ ਤੜਕਾ ਭੁੱਜਣ ਤੋਂ ਬਾਅਦ ਅਸੀਂ ਐਡ ਕਰਾਂਗੇ ਥੋੜ੍ਹੇ ਜਿਹੇ ਟਮਾਟਰ। ਟਮਾਟਰ ਐਡ ਕਰਨ ਤੋਂ ਬਾਅਦ ਫਿਰ ਆਪਾਂ ਦੂਸਰੇ ਸੁੱਕੇ ਮਸਾਲੇ ਜਿਹੜੇ ਆ ਉਹ ਐਡ ਕਰ ਲੈਣੇ ਆ। ਸੋ ਜਿਸ ਤਰ੍ਹਾਂ ਹੀ ਸਾਡਾ ਜਿਹੜਾ ਟਮਾਟਰ ਹੈ ਉਹ ਐਡ ਹੋ ਜਾਂਦਾ, ਚੰਗੇ ਤਰੀਕੇ ਨਾਲ ਮਿਕਸ ਹੋ ਜਾਂਦਾ ਹੈ ਮਸਾਲੇ ਦੇ ਵਿੱਚ, ਫਿਰ ਆਪਾਂ ਅਗਲੀ ਪ੍ਰੋਸੈਸ ਜਿਹੜੀ ਆ ਉਹ ਸਟਾਰਟ ਕਰਨੀ ਹੁੰਦੀ ਆ। ਸੋ ਗਾਈਜ਼, ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਜਿਹੜਾ ਸਾਡਾ ਟਮਾਟਰ ਸੀ ਉਹ ਲਹਿਸੁਨ ਔਰ ਪਿਆਜ਼ ਦੇ ਵਿੱਚ ਮਿਕਸ ਹੋ ਗਿਆ ਹੈ। ਹੁਣ ਅਸੀਂ ਐਡ ਕਰ ਲਏ ਆ ਸੁੱਕੇ ਮਸਾਲੇ, ਹਲਦੀ ਔਰ ਲਾਲ ਮਿਰਚ ਪਾਊਡਰ ਔਰ ਥੋੜ੍ਹਾ ਜਿਹਾ ਨਮਕ ਔਰ ਗਰਮ ਮਸਾਲਾ। ਇਹ ਚਾਰੇ ਚੀਜ਼ਾਂ ਐਡ ਕਰਨ ਤੋਂ ਬਾਅਦ ਮਸਾਲਾ ਜਿਹੜਾ ਹੈ ਪ੍ਰੋਪਰ ਆਪਾਂ ਤਿਆਰ ਕਰਨਾ ਹੈ। ਔਰ ਪ੍ਰੋਪਰ ਤਿਆਰ ਕਰਨ ਦੇ ਨਾਲ ਨਾਲ ਗਾਈਜ਼ ਆਪਾਂ ਐਡ ਕਰਨਾ ਇਹਦੇ ਵਿੱਚ ਕਰਡ। ਕਰਡ ਜਿਹੜਾ ਹੈ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ, ਜਿੰਨਾ ਵੀ ਸਵਾਦ ਮਸਾਲੇ ਦਾ ਆਉਣਾ ਹੈ ਉਹ ਕਰਡ ਕਰਕੇ ਆਉਣਾ ਹੈ। ਸੋ ਗਾਈਜ਼, ਇੱਥੇ ਮੈਂ ਐਡ ਕਰੂੰਗੀ ਸਮਹਾਓ ਜਿੰਨਾ ਵੀ ਤੁਹਾਡੇ ਕੋਲ ਅਪਰੋਕਸੀਮੇਟਲੀ ਸਬਜ਼ੀ ਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ। ਸੋ ਇੱਥੇ ਮੈਂ ਚਾਰ ਜਾਂ ਪੰਜ ਮੀਡੀਅਮ ਸਾਈਜ਼ ਆਲੂ ਜਿਹੜੇ ਆ ਔਰ ਅੱਧੇ ਤੋਂ ਪੌਣੀ ਕਟੋਰੀ ਜਿਹੜੇ ਸਾਡੇ ਚਨੇ ਆ ਉਹਨਾਂ ਦੇ ਹਿਸਾਬ ਨਾਲ ਲਗਭਗ ਇੱਕ ਕਟੋਰੀ ਮੀਡੀਅਮ ਸਾਈਜ਼ ਦੀ ਜੋ ਕਟੋਰੀ ਆ ਉਹ ਮੈਂ ਇੱਥੇ ਕਰਡ ਦਾ ਯੂਜ਼ ਕਰੂੰਗੀ। ਔਰ ਕਰਡ ਯੂਜ਼ ਕਰਕੇ ਇਸ ਮਸਾਲੇ ਨੂੰ ਚੰਗੇ ਤਰੀਕੇ ਨਾਲ ਆਪਾਂ ਭੁੰਨ ਲਾਂਗੇ। ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿੰਨਾ ਕੁ ਕਰਡ ਜਿਹੜਾ ਉਹ ਯੂਜ਼ ਕਰ ਰਹੀ ਹਾਂ ਮਸਾਲੇ ਦੇ ਉੱਪਰ, ਔਰ ਸਾਰੇ ਸੁੱਕੇ ਮਸਾਲੇ ਜਿਹੜੇ ਆ ਉਹ ਕਰਡ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਐਡ ਕਰ ਲਾਂਗੇ ਤਾਂ ਕਿ ਇਹਨਾਂ ਸਾਰਿਆਂ ਦਾ ਸਵਾਦ ਕਰਡ ਦੇ ਨਾਲ ਬਣਨ ਵਾਲੀ ਗ੍ਰੇਵੀ ਦੇ ਵਿੱਚ ਪ੍ਰੋਪਰਲੀ ਆ ਜਾਏ। ਸੋ ਗਾਈਜ਼, ਇੱਥੇ ਅਸੀਂ ਗ੍ਰੇਵੀ ਬਣਾ ਚੁੱਕੇ ਹਾਂ, ਵਿੱਚ ਐਡ ਕਰ ਚੁੱਕੇ ਹਾਂ ਚਨੇ ਔਰ ਆਲੂ, ਔਰ ਬਸ ਇਸ ਸਬਜ਼ੀ ਨੂੰ ਅਸੀਂ ਥੋੜ੍ਹੀ ਦੇਰ ਵਾਸਤੇ ਬੋਇਲ ਹੋਣ ਲਈ ਰੱਖਾਂਗੇ। ਜਦੋਂ ਪ੍ਰੋਪਰ ਇੱਕ ਟੈਕਸਚਰ ਸਬਜ਼ੀ ਦਾ ਬਣ ਜੂਗਾ ਉਦੋਂ ਅਸੀਂ ਇਹਨੂੰ ਗੈਸ ਨੂੰ ਜਿਹੜਾ ਬੰਦ ਕਰ ਸਕਦੇ ਹਾਂ। ਸੋ ਸਾਡੀ ਜਿਹੜੀ ਵੈਜੀਟੇਬਲ ਡਿਸ਼ ਹੈ ਉਹ ਰੈਡੀ ਹੋ ਚੁੱਕੀ ਹੈ। Go down, you must be crazy if you think that I'ma slow down. I wanna hear it talking shit from the drama. Keep it coming, I'ma send you to your mama. It's the whip, 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 and the gun down. Dropping bodies in the place till the sun's out. Can't fuck with this, I'm going to try. Just let the bullets fly, I'm the last one to die. I'm the last one to die.